ਵੀਅਰਸ ਵੈਲਕਮ ਬੈਕ ਆਨ ਆਰ ਪ੍ਰੋਗਰਾਮ ਸੋ ਵੀਅਰਸ ਹੁਣ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਜਿਹੜੇ YouTube ਦੇ ਉੱਪਰ ਮੇਰੇ ਕੋਲ ਉਹ ਮੈਂ ਲੈਣ ਜਾ ਰਹੀ ਹਾਂ ਔਰ ਪਹਿਲਾਂ ਤੇ ਮੈਂ ਸਭ ਦੇ ਜਿਹੜੇ ਮੈਸੇਜ ਨੇ ਜਿਨ੍ਹਾਂ ਨੇ ਸਾਨੂੰ ਫਤਿਹ ਬੁਲਾਈ ਹੈ ਜਾਂ ਖਾਲਸਾ ਜ਼ਿੰਦਾਬਾਦ ਲਿਖਿਆ ਹੈ ਉਹਨਾਂ ਦੇ ਮੈਂ ਨਾਮ ਜਿਹੜੇ ਲੈ ਕੇ ਰੈਕਗਨਾਈਜ਼ ਕਰਨ ਲੱਗ ਜਾ ਰਹੀ ਹਾਂ ਔਰ ਇੰਦਰਜੀਤ ਸਿੰਘ ਸੰਧੂ ਖਾਲਸਾ ਦੇਸ ਪੰਜਾਬ ਅਮਰਜੀਤ ਸੈਣੀ ਨਵਜੋਤ ਮੱਲੀ ਐਂਡ ਸਲੀਮ ਭਾਰਤੀ ਧਰਮ ਸਿੰਘ ਬੈਸਟ 113 ਸਤਨਾਮ ਢਿੱਲੋ ਹਾਂਜੀ ਐਤ ਤੱਕ ਜਿਹੜੇ ਮੈਸੇਜ ਨੇ ਇਹ ਖਾਲਸਾ ਜਿੰਦਾਬਾਦ ਤੇ ਜਿਹੜੇ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਦੇ ਮੈਸੇਜ ਨੇ ਐਂਡ ਸਤਨਾਮ ਧਿਰ ਲੋਕ ਕਹਿੰਦੇ ਨੇ ਕੁਝ ਲੋਕ ਇਹ ਹੀ ਸਮਝਦੇ ਹਨ ਕਿ ਸਾਡਾ ਕੰਮ ਕੋਈ ਦੂਸਰਾ ਹੀ ਕਰ ਦਵੇ ਪਰ ਗੁਰੂ ਨੂੰ ਦਿਲੋਂ ਅਰਦਾਸ ਨਹੀਂ ਕਰਨੀ ਗੁਰੂ ਸਾਡੀ ਸੁਣਦਾ ਨਹੀਂ ਹੈ ਇਹ ਸੋਚ ਇਹ ਸੋਚ ਲੈ ਕੇ ਕੁਝ ਲੋਕ ਕੁਰਾਹੀ ਪੈ ਜਾਂਦੇ ਨੇ ਐਂਡ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਬਿਲਕੁਲ ਉਹਨੇ ਠੀਕ ਫਰਮਾਇਆ ਕਿ ਬਿਨਾ ਐਕਟੀਵਿਟੀ ਤੋਂ ਤਾਂ ਕੋਈ ਰਿਜ਼ਲਟ ਨਹੀਂ ਹਾਸਲ ਹੁੰਦਾ ਬਿਲਕੁਲ ਐਂਡ ਫਿਰ ਸਾਡੇ ਕੋਲ ਜਗਤਾਰ ਸਿੱਧੂ ਜੀ ਕਹਿੰਦੇ ਨੇ ਅਗਰ ਨਿੱਖਲ ਮਰਦਾ ਹੈ ਤਾਂ ਉਸ ਨੂੰ ਪਾਈ ਰਾ ਹੀ ਰਾ ਨਹੀਂ ਮਾਰਨਾ ਉਹਨਾਂ ਨੇ ਇੰਨੀ ਗੱਲ ਕਹੀ ਹੈਗੀ ਔਰ ਕਹਿੰਦੇ ਨੇ ਲਖਵੀਰ ਸਿੰਘ ਕਹਿੰਦੇ ਨੇ ਕਿ ਰਾ ਇੰਡੀਆ ਦੀ ਏਜੰਸੀ ਹੈ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਏਜੰਸੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਰਾ ਇੰਡੀਆ ਦੀ ਏਜੰਸੀ ਨਹੀਂ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਏਜੰਸੀ ਹੁਣ ਸਾਰਾ ਕੁਝ ਹੀ ਭਾਰਤੀ ਜਨਤਾ ਪਾਰਟੀ ਦਾ ਇੰਡੀਆ ਇਜ਼ ਬੀਜਪੀ ਬੀਜਪੀ ਇਜ਼ ਇੰਡੀਆ ਹੁਣ ਤਾਂ ਕੋਈ ਭੁਲੇਖਾ ਨਹੀਂ ਹੈ ਹਾਂਜੀ ਫਿਰ ਸੁਖਵਿੰਦਰ ਸਿੰਘ ਜੀ ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਸਾਨੂੰ ਪੜੇ ਲਿਖੇ ਲੋਕਾਂ ਅੱਗੇ ਵੀ ਬੋਲਣ ਲਾਤਾ ਤੁਹਾਡਾ ਧੰਨਵਾਦ ਬਹੁਤ ਸ਼ੁਕਰੀਆ ਫਿਰ ਜਸਵੀਰ ਭਰਾ ਗੁਰਬਿੰਦਰ ਸਿੰਘ ਗੁਰਮਖ ਗੁਰਮਖ ਸਿੰਘ ਐਂਡ ਗੁਰਪ੍ਰੀਤ ਭਰਾ ਜਸਵੀਰ ਸਿੰਘ ਹਾਂਜੀ ਉੱਪਰ ਜਿਹੜੇ ਮੈਸੇਜ ਨੇ ਉਹਨਾਂ ਦੇ ਫੋਟੇ ਤੇ ਮੈਸੇਜ ਨੇ ਔਰ ਜਸਵੀਰ ਸਿੰਘ ਜੀ ਕਹਿੰਦੇ ਭਾਰਤ ਅਤੇ ਪਾਕਿਸਤਾਨ ਦੀਆਂ ਏਜੰਸੀਆਂ ਸਿੱਖਾਂ ਦੀਆਂ ਜੜੀਆਂ ਜੜਾਂ ਵੱਡਣ ਲਈ ਇਕੱਠੇ ਕੰਮ ਕਰ ਦਿੱਤੇ ਆ ਸੋ ਜਗਦੀਸ਼ ਜਗਦੀਸ਼ ਸਿੰਘ ਅਗਿਲ ઓਰ ਮੈਂ ਗੁਰਦੁਆਰਾ ਕੀਰਤਨ ਕਹਿੰਦੇ ਨੇ ਕਿ ਭਾਈ ਸਾਹਿਬ ਜੋ ਯੂ نو ਆਲਸੋ ਜੋੜ ਕੀ ਧਾਰੀ ਮੇ ਟਣਕਾ ਸੋ ਇਸੇ ਤਰ੍ਹਾਂ ਮੋਨ ਜਾਟੋ ਹਲੋ ਕਹਿੰਦੇ ਨੇ ਔਰ ਫਿਰ ਸਾਡੇ ਕੋਲ ਸਿੰਘ ਨਵਜੋਤ ਜੀ ਕਹਿੰਦੇ ਨੇ ਪੰਜਾਬ ਬਣੇਗਾ ਖਾਲਸਾ ਫਿਰ ਇਸੇ ਤਰ੍ਹਾਂ ਗੁਰਨੇਕ ਨੇਚਰ ਜਸਵੀ ਸਿੰਘ ਸ਼ਿੰਦਾਗਿਆਲਾ ਜੀਤ ਸੂਰਤੀਆ ਬਲਕਾਰ ਸਿੰਘ ਸੁੰਦਰ ਲਾਲ ਫਿਰ ਜਗਜੀਤ ਸਿੰਘ ਐਂਡ ਦਾ ਜਾਸ ਸਿੰਘ ਸੁਖ ਜਿੰਦਰ ਜਸਰ ਜੀ ਇਹ ਸਾਰੇ ਸਾਨੂੰ ਫਤੇ ਬੁਲਾਉਂਦੇ ਨੇ ਸਤਨਾਮ ਢਿਲੋਂ ਜੀ ਫਿਰ ਲਿਖਦੇ ਨੇ ਇਹ ਸ਼ੁਰੂਤੀ ਹੋ ਰਿਹਾ ਸਿੱਖ ਹਰ ਸਮੇਂ ਤਿੰਨ ਹਿੱਸਿਆਂ ਵਿੱਚ ਵੰਡੇ ਹੋਏ ਨੇ ਜਿਨ੍ਹਾਂ ਵਿੱਚ ਗਰਮ ਦਲੇ ਦੂਜੇ ਨਰਮ ਦਲੇ ਤੇ ਜੇ 도ਗਲੇ ਹਰ ਸਮੇਂ ਰਹੇ ਨੇ ਸੋ ਗੁਰਮੀਲ ਸਿੰਘ ਜੀ ਐਮ ਸੋਰੀ ਜੇ ਐਮ ਜਾਸਰ ਸਿੰਘ ਗੁਰਦੇਵ ਸਿੰਘ ਹਰਦੀਪ ਸਿੰਘ ਹਰਜਿੰਦਰ ਪਾਲ ਸਿੰਘ ਸਰਾਉਂ ਐਂਡ ਮੇਰਾ ਮਨ ਪੰਜਾਬ ਤੇ ਲਖਵਿੰਦਰ ਸਿੰਘ ਪੰਨੂ ਐਂਡ ਸ਼ੁੰਦਾ ਗਿਲਜੀਤ ਫਤਿਹ ਬਲੰਦੇ ਨੇ ਕੱਲ੍ਹ ਸਾਂ ਸਜੰਦਾਪਾਤ ਕਰਨੇ ਸਭ ਦਾ ਬਹੁਤ ਬਹੁਤ ਸ਼ੁਕਰੀਆ ਹਾਂਜੀ ਡਾਕਟਰ ਸਾਹਿਬ ਫੇਸਬੁੱਕ ਤੇ ਸਾਡੇ ਵੀਰ ਬobb ਸਿੰਘ ਉਹਨਾਂ ਦੀ ਫਤਿਹ ਜਸਬੀਰ ਸਿੰਘ ਦਵਿੰਦਰ ਸੰਧੂ ਰਾਜਵਿੰਦਰ ਦੀਪ ਸਿੰਘ ਫਿਰਦੀਪ ਸਿੰਘ ਉਰਾਨੇ ਇਹ ਕਹੇ ਕਿ ਬਰਮਾ ਦੇ ਵਿੱਚ ਬੋਧੀਆਂ ਤੇ ਬ੍ਰਾਹਮਣਾਂ ਨੇ ਰਲ ਕੇ ਰੋਂਗੀਆਂ ਮੁਸਲਮਾਨਾਂ ਦੀ نسل ਕਸ਼ੀ ਕੀਤੀ ਬਿਲਕੁਲ ਠੀਕ ਇਹ ਬੁੱਧ ਧਰਮ ਵਾਲਿਆਂ ਦਾ ਉੱਥੇ ਵੀ ਵਿਹਾਰ ਔਰ শ্রীলঙ্কা ਚ ਵੀ ਜੋ ਉਹਨਾਂ ਨੇ ਤਾਮਿਲ ਹਿੰਦੂਆਂ ਨਾਲ ਵੀ ਕੀਤਾ ਜਾਂ ਇਵਨ ਤਾਮਿਲ ਮੁਸਲਮਾਨਾਂ ਨਾਲ ਵੀ ਕੀਤਾ ਇਹ ਇਨਡਿਫੈਂਸੀਬਲ ਹੈ ਇਸ ਦਾ ਕੋਈ ਜਿਹੜਾ ਇਹਨੂੰ ਕਦੇ ਵੀ ਨਿਆਂ ਸੰਗਠ ਨਹੀਂ ਠਰਾਇਆ ਜਾ ਸਕਦਾ ਕਮਲ ਸਿੰਘ ਕਹਿੰਦੇ ਨੇ ਜਿਸ ਤਰ੍ਹਾਂ ਹੁਣ ਦਿੱਲੀ ਸਰਕਾਰ ਅਮਰੀਕਾ ਦੇ ਮਿੱਤਰ ਤੇ ਦੁਸ਼ਮਣ ਦੇਸ਼ਾਂ ਨਾਲ ਵਰਤ ਰਹੀ ਹੈ ਉਸ ਨਾਲ ਅਮਰੀਕਾ ਤੇ ਪੰਜ ਅੱਖੀ ਦੇਸ਼ਾਂ ਦੇ ਥਿੰਕ ਟੈਂਕਾਂ ਨੂੰ ਵੀ ਪਤਾ ਲੱਗ ਰਿਹਾ ਹੋਣਾ ਕਿ ਜਿਹੜੇ ਹਿੰਦੂਆਂ ਨਾਲ ਹੁਣ ਤੱਕ ਵਰਤਦੇ ਰਹੇ ਉਹ ਹੋਰ ਨਸਲ ਸੀ ਤੇ ਹੁਣ ਵਾਲਿਆਂ ਦੀ ਹੋਰ ਨਸਲ ਹੈ ਜਿਨ੍ਹਾਂ ਨੂੰ ਕਾਬੂ ਕਰਨਾ ਕੋਈ ਸੌਖਾ ਨਹੀਂ ਹੈ ਇਹਨਾਂ ਨੂੰ ਮਿਸਟਰ ਜਨਾ ਤੋਂ ਸਬਕ ਲੈਣਾ ਚਾਹੀਦਾ ਹੈ ਜਿਸ ਨੇ ਕੁਝ ਮੁਲਾਕਾਤਾਂ ਵਿੱਚ ਹੀ ਇਹਨਾਂ ਦੇ ਅੰਦਰ ਬੈਠੀ ਹੋਈ ਕਰੂਰਤਾ ਬੇਈਮਾਨੀ ਕਾਇਰਤਾ ਆਦ ਨੂੰ ਪਛਾਣ ਲਿਆ ਸੀ ਕਮਲ ਸਿੰਘ ਜੀ ਤੁਸੀਂ ਬਿਲਕੁਲ ਪਤਰੀ ਗੱਲ ਕੀਤੀ ਹੈ ਜੀ ਪ੍ਰਭ ਦੇ ਆਲ ਸਿੰਘ ਔਰ ਸੋਨ ਸਿੰਘ ਮਾਇਰ ਉਹਨਾਂ ਨੇ ਫਤਿਹ ਬੁਲਾਈ ਹੈ ਕਿਰਪਾਲ ਸਿੰਘ ਚੀਮਾ ਜਿਹੜੇ ਸਾਡੇ ਰੈਗੂਲਰ ਵਿਊਰ ਨੇ ਔਰ ਉਹਨਾਂ ਦੀ ਬੜੀ ਕੀਮਤੀ ਲਖਤ ਹੁੰਦੀ ਹੈ ਉਹਨਾਂ ਨੇ ਆਜ਼ਾਦੀ ਜਾਂ ਗੁਲਾਮੀ ਅਸਲ ਵਿੱਚ ਭਾਰਤ ਦਾ ਹਿੰਦੂ ਰਾਸ਼ਟਰਵਾਦ ਸਿੱਖ ਕੌਮ ਦੁਆਰਾ ਕਰਵਾਈ ਜਾ ਰਹੀ ਆਜ਼ਾਦੀ ਦੀ رائے شمਾਰੀ ਰੈਫਰੈਂਡਮ ਨੂੰ ਰਾਸ਼ਟਰ ਵਿਰੋਧੀ ਹਿੰਦੂ ਤੋਂ ਲਈ ਖਤਰਾ ਤੇ ਦੇਸ਼ ਦੀ ਅਖੰਡਤਾ ਦੇ ਦੁਸ਼ਮਣ ਬਣਾ ਕੇ ਖਲਨਾਇਕ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ ਅੱਛਾ ਜਦੋਂ ਕਿ ਸੱਚ ਹੈ ਕਿ ਪੰਜਾਬ ਕਦੇ ਵੀ ਭਾਰਤੀ ਰਾਸ਼ਟਰਵਾਦ ਦਾ ਹਿੱਸਾ ਨਹੀਂ ਰਿਹਾ ਬਿਲਕੁਲ ਐਬਸੋਲਿਊਟ ਟਰੂਥ ਤੇ ਨਾ ਹੀ ਹਿੰਦੂ ਰਾਸ਼ਟਰ ਜਾਂ ਹਿੰਦੁਸਤਾਨ ਨਾਮ ਦਾ ਕੋਈ ਦੇਸ਼ ਇਤਿਹਾਸ ਵਿੱਚ ਮਿਲਦਾ ਐਬਸੋਲੂਟਲੀ ਰਾਈਟ ਹਿੰਦੂ ਰਾਸ਼ਟਰ ਹਿੰਦੁਸਤਾਨ ਦੀ ਤਾਂ ਹੋਂਦ ਟਿੱਕੀ ਹੀ ਸਿੱਖ ਕੌਮ ਦੀਆਂ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਕਰਕੇ ਹੈ ਇਸ ਬਾਰੇ ਉਹ इवन مولانا ਅਬੁਲ ਕਲਾਮ ਅਜ਼ਾ ਜਿਨ੍ਹਾਂ ਨੇ ਵੀਰ ਵੇ ਦਿੱਤੇ ਨੇ ਕਾਲਾ ਪਾਣੀ ਔਰ ਜੇਲਾ ਤੇ ਫਾਂਸੀ ਤੇ ਪ੍ਰਾਪਰਟੀ ਕਨਫਿਸਕੇਟ ਉਹ ਆਪਣੇ ਆਪ ਚ ਸਬੂਤ ਹੈ ਨਹੀਂ ਤਾਂ ਹੁਣ ਤੱਕ ਔਰੰਗਜ਼ੇਬ ਨੇ ਕੀ ਕਰਨਾ ਸੀ ਸਭ ਨੂੰ ਇਤਿਹਾਸ ਚੰਗੀ ਤਰ੍ਹਾਂ ਪਤਾ ਹੈ ਅਸਲ ਵਿੱਚ ਸੱਚ ਹੈ ਕਿ ਵੰਡ ਤਾਂ ਪੰਜਾਬ ਦੇਸ਼ ਦੀ ਹੋਈ ਹੈ ਭਾਰਤੀ ਰਾਸ਼ਟਰ ਦਾਤਾ ਪੰਜਾਬ ਦੀ ਆਜ਼ਾਦੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਬਣਦਾ ਇਹ ਤਾਂ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਹੈ ਸੋਚਿਆ ਵਿਚਾਰਿਆ ਕਰੋ ਭਾਈ ਕਿਉਂਕਿ ਅੰਤ ਫੈਸਲਾ ਤੁਸੀਂ ਕਰਨਾ ਹੈ ਆਜ਼ਾਦੀ ਜਾਂ ਗੁਲਾਮੀ ਆ ਔਰ ਦੀਪ ਸਿੰਘ ਉਹਨਾਂ ਨੇ ਫਤਿਹ ਔਰ ਅਖੀਰ ਚ ਰਾਜਵਿੰਦਰ ਸਿੰਘ ਫਤਿਹ ਬੁਲਾ ਔਰ ਉਹਨਾਂ ਨੇ ਕਿਹਾ ਗੋਡ ਵਿਲਿੰਗ ਟੈਰਰਿਸਟ ਇੰਡੀਅਨ ਸਟੇਟ ਵਾਂਟਸ ਸਕਸੀਡ ਇਨ ਇਟਸ ਡਰਟੀ ਗੇਮਸ ਵਰਲਡ ਇਜ਼ ਅਵੇਅਰ ਨਾਓ ਹਾਂਜੀ ਹੋਪਫੁਲੀ ਜਿਵੇਂ ਤੁਸੀਂ ਕਿਹਾ ਐਵੇਂ ਹੀ ਹੋਏ ਬਿਲਕੁਲ ਅ ਲੇਕਨ ਜੇ ਤੁਸੀਂ ਜਾਗਰੂਕ ਨਾ ਹੋ ਤਾਂ ਬਹੁਤ ਵਾਰ ਝੂਠ ਦਾ ਸਿੱਕਾ ਵੀ ਚੱਲਦਾ ਹੈ ਔਰ ਬੇਈਮਾਨੀ ਵੀ ਹਾਵੀ ਹੁੰਦੀ ਹੈ ਹਾਂਜੀ ਹਾਂਜੀ ਨਵੀਮ ਤਾਹਿਰ ਜੀ ਸਾਨੂੰ ਲਾਹੌਰ ਤੋਂ ਦੇਖ ਰਹੇ ਨੇ ਔਰ ਕਹਿੰਦੇ ਨੇ ਕਿ ਸੇਖਾਰ ਸੋ ਲਵਿੰਗ ਐਂਡ ਪੀਸਫੁਲ ਸੋ ਨਾਈਸ ਮਿਹਰਬਾਨੀ ਬਹੁਤ ਸ਼ੁਕਰੀਆ ਹਾਂਜੀ ਸਾਨੂੰ ਅੱਜ ਪੰਜ ਜੀ ਮਨਮਨਥਨ ਕੋਰ ਹੋਰਾਂ ਨੇ ਇਹ ਕਿਹਾ ਕਿ ਜੀ ਤੁਸੀਂ ਗੁਰਬਾਣੀ ਵਿਚਾਰ ਅਖੀਰ ਚ ਰੱਖਿਆ ਕਿ ਉਹਨਾਂ ਨੇ ਕਿਹਾ ਜੀ ਸਿਆਸੀ ਵਿਸ਼ੇ ਸਾਰੇ ਹੀ ਤਕਲੀਫ ਦੇ ਹੁੰਦੇ ਨੇ ਤੇ ਦੁਨੀਆ ਜੋ ਚੱਲ ਰਿਹਾ ਬਹੁਤ ਤੇ ਗੁਰਬਾਣੀ ਉਸ ਠੰਡ ਦੇ ਛਿੱਟੇ ਵਾਂਗ ਹੁੰਦੀ ਹੈ ਜਿਹੜੀ ਕਿ ਬਲਦੀ ਆਗ ਨੂੰ ਜਿਹੜੀ ਹੈ ਉਹ ਠੰਡਕ ਚ ਬਦਲਦੀ ਹੈ ਤੋਂ ਅਸੀਂ ਉਹਨਾਂ ਦੇ ਸੁਝਾਅ ਦੇ ਮੁਤਾਬਕ ਆਉਣ ਵਾਲੇ ਪੀਰੀਅਡ ਸਾਡਾ ਅਖੀਰਲੇ ਸੈਗਮੈਂਟ ਦਾ ਹਿੱਸਾ ਹੀ ਅਖੀਰ ਦੇ ਵਿੱਚ ਇਸ ਤੋਂ ਬਾਅਦ ਇਹ ਪ੍ਰੋਗਰਾਮ ਖਤਮ ਹੋਏਗਾ ਸਲੋਕ ਮਹੱਲਾ ਪਹਿਲਾ ਜੋ ਅਸੀਂ ਉਸੇ ਜਿਹੜਾ ਨੂੰ ਕੰਟੀਨਿਊ ਕਰ ਰਹੇ ਹਾਂ ਜਿਵੇਂ ਅਸੀਂ ਜਿੱਥੋਂ ਛੱਡਿਆ ਸੀ ਕਲ ਦੀ ਵਿਚਾਰ ਕੁਦਰਤ ਕਰਕੇ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸ਼ਰਅ ਸ਼ਰੀਅਤ ਕਰੈ ਵਿਚਾਰ ਬਿਨ ਬੂਜੇ ਕੈਸੇ ਪਾਵੇ ਪਾਰ ਸਦਕ ਕਰ ਸਜਦਾ ਮਨ ਕਰ ਮਖਸੂਦ ਜੈ تیر ਦੇਖਾਂ ਦੇਖ ਤੈ ਤੇ ਮੌਜੂਦ ਹੁਣ ਇਹ ਇਸ ਸ਼ਲੋਕ ਦੇ ਵਿੱਚ ਚਾਰ ਥਾਟ ਜਿਹੜੇ ਪੈਰਲਲ ਰਨ ਕਰਦੇ ਨੇ ਉਹ ਸਾਨੂੰ ਇਹ ਵਿਸ਼ਵਾਸ ਦੁਹਾਨੀ ਸਦਕ ਦੁਹਾਨੀ ਸਾਡੀ ਕਰਦੇ ਨੇ ਕਿ ਭਾਈ ਰੱਬ ਨੇ ਇਹ ਸੋਹਣੀ ਧਰਤੀ ਬਣਾਈ ਏ ਹੂੰ ਕੁਦਰਤ ਉਹਨੇ ਬਣਾਈ ਏ ਬਲਿਹਾਰੀ ਕੁਦਰਤ ਵਸਿਆ ਬਲਿਹਾਰ ਮੈਂ ਜਾਵਾਂ ਕਿ ਉਹਨੇ ਜਿਹਨੇ ਕੁਦਰਤ ਬਣਾਈ ਉਹ ਕੁਦਰਤ ਦੇ ਵਿੱਚ ਵੱਸਦਾ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਕਰਕੇ ਵਸਿਆ ਸੋਏ ਹਮ ਕਾਦਰ ਦੀ ਕਿਰਤ ਹੈ ਕੁਦਰਤ ਤੇ ਕੁਦਰਤ ਬਣਾਉਣ ਵਾਲਾ ਹੈ ਕਾਦਰ ਬਿਲਕੁਲ ਕਿ ਉਸ ਨੇ ਇਸ ਕੁਦਰਤ ਨੂੰ ਬਣਾਇਆ ਤੇ ਉਸ ਦੇ ਵਿੱਚ ਹੀ ਬੈਠ ਗਿਆ ਉਹ ਕਿਤੇ ਗਿਆ ਨਹੀਂ ਹੈ ਕਿ ਭਾਈ ਉਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਜੀਕਾਰ ਕਿਉਂਕਿ ਬਣਾਉਣ ਵਾਲਾ ਸੱਚਾ ਹੈ ਇਸ ਲਈ ਇਹ ਕੁਦਰਤ ਇਹ ਧਰਤੀ ਇਹ ਮਨੁੱਖਾ ਜੀਵਨ ਜੋ ਸਾਨੂੰ ਮਿਲਿਆ ਹੈ ਬਹੁਤ ਅਨਮੋਲ ਹੈ ਪ੍ਰੈਸ਼ੀਅਸ ਹੈ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਹਾਲਾਂ ਇਹਨੂੰ ਅਸੀਂ ਦੁਨਿਆਵੀ ਵਿਜਰਮ ਲਈ ਵੀ ਇਸਤੇਮਾਲ ਕਰਦੇ ਆ ਕਿ ਭਾਈ ਬੰਦਾ ਉਹੀ ਹੁੰਦਾ ਹੈ ਜਿਹੜਾ ਵਕਤ ਨੂੰ ਦੇਖ ਕੇ ਫੈਸਲੇ ਲਏ ਪਰ ਜੇ ਦਾ ਤੁਸੀਂ ਰੋਹਾਨੀ ਈਡੀਅਮ ਚ ਜਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਕਿ ਜਿਸ ਧਰਤੀ ਦੇ ਉੱਤੇ ਜਿਹਨੂੰ ਕੁਦਰਤ ਨੇ ਬਣਾਇਆ ਅਕਾਦਰ ਨੇ ਬਣਾਇਆ ਉਸ ਕੁਦਰਤ 'ਚ ਬੈਠਾ ਹੈ ਹਮਮ ਇਨਸਾਨ ਨੂੰ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਮੈਨੂੰ ਜਿਹੜਾ ਇਨਸਾਨੀ ਜੀਵਨ ਮਿਲਿਆ ਹੈ ਜ਼ਿੰਦਗੀ ਮਿਲੀ ਕਿੰਨੀ ਪ੍ਰੈਸ਼ੀਅਸ ਹੈ ਬਿਲਕੁਲ ਔਰ ਮੈਂ ਇਸ ਨੂੰ ਕਿਵੇਂ گزارਣਾ ਹੈ ਇਸ ਦਾ ਮਕਸਦ ਕੀ ਹੈ ਇਸ ਨੂੰ ਮੈਂ ਕਿਸ ਪਾਸੇ ਸਮਰਤ ਬਰਤ ਕਰਨਾ ਹੈ ਵਕਤ ਵਿਚਾਰਿਆ ਸਬੰਦਾ ਹੋਏ ਇੱਕ ਮੂਲ ਦੇ ਨਾਲ ਜੋੜਨਾ ਹੈ ਕਿ ਜਿਸ ਨੂੰ ਅਸੀਂ ਕਹਿੰਦੇ ਆ ਕਿ ਵੀ ਆਪਣਾ ਮੂਰ ਪਛਾਣ ਕਿ ਭਾਈ ਇਹ ਤੂੰ ਦੇਖ ਕੀ ਹੈ ਤੇ ਇਹ ਕੈਸ਼ੋ ਇਸ਼ਰਤ گزار ਨੇ ਸੋ ਵਕਤ ਵਿਚਾਰੇ ਸੋ ਬੰਦਾ ਹੋਏ ਕਿ ਕੁਦਰਤ ਹੈ ਕੀਮਤ ਨਹੀਂ ਪਾਏ ਕਿ ਭਾਈ ਇਹ ਕਿੰਨੀ ਇਦੀ ਕੀਮਤ ਹੈ ਕੋਈ ਇਹ ਕਹੇ ਜੀ ਉਸ ਵਾਇਗੁਰੂਦੀ ਕੁਦਰਤ ਨੂੰ ਕੋਈ ਲੱਕ ਸਕਦਾ ਕੋਈ ਮਾਪ ਸਕਦਾ ਕੋਈ ਤੋਲ ਸਕਦਾ ਜੋ ਉਸ ਦੀ ਕੋਈ ਕੀਮਤ ਪਾਸ ਇਹ ਨਹੀਂ ਇਹ ਅਨਮੋਲ ਹੈ ਇਹਦਾ ਕੋਈ ਪ੍ਰਾਈਸ ਨਹੀਂ ਹੈ ਪ੍ਰਾਈਸਲੈਸ ਹੈ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਕਿ ਭਾਈ ਜੇ ਕੋਈ ਕੀਮਤ ਦਾ ਦੀ ਗੱਲ ਵੀ ਕਰੇਗਾ ਤੁਸੀਂ ਕਿਵੇਂ ਉਹਦੇ ਕੁਦਰਤ ਦੇ ਉਹ ਸਾਰੇ ਪਸਾਰੇ ਨੂੰ ਦੇਖ ਕੇ ਸਿਰਫ ਮੂੰਹ ਚੋਂ ਵਾਹ ਵਾਹ ਹੀ ਨਿਕਲ ਰਿਹਾ ਇਸ ਲਈ ਜਿਹੜਾ ਸਿੱਖਾਂ ਦਾ ਜਾਂ ਗੁਰਮਤ ਦੇ ਵਿੱਚ ਰੱਬ ਨੂੰ ਯਾਦ ਕਰਨ ਲਈ ਲਫ਼ਜ਼ ਵਾਹਿਗੁਰੂ ਹੈ ਇਹ ਵੰਡਰ ਵੰਡਰ ਹੈ ਵਾਹ ਵਾਹ ਤੁਸੀਂ ਵਾਹੋ ਵਾਹ ਕਾ ਕੀਆ ਤਮਾਸ਼ਾ ਕੁਦਰਤ ਇੱਕ ਤਮਾਸ਼ਾ ਉਹਦਾ ਬਣਾਇਆ ਹੋਇਆ ਪਰ ਤੁਸੀਂ ਪਹਾੜ ਦੇਖੋ ਜੰਗਲ ਦੇਖੋ ਹਿਊਮਨ ਬਾਡੀ ਦੇਖੋ ਚਾਰ ਚਫੇਰਾ ਦੇਖੋ ਤੇ ਤੁਹਾਨੂੰ ਵਾਹ ਵਾਹ ਤੋਂ ਬਿਨਾ ਤਾਂ ਕੋਈ ਹੈ ਹੀ ਨਹੀਂ ਕਹਿਣ ਨੂੰ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਹੁਣ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਜਿਹੜੇ ਲੋਕ ਮਜ਼ਬਬ ਦੇ ਦਾਇਰਾਕਾਰ ਚ ਵੀ ਆਂਦੇ ਨੇ ਸ਼ਰਅ ਸ਼ਰੀਅਤ ਕਰੇ ਵਿਚਾਰ ਹਰ ਮਜ਼ਬਬ ਦੇ ਦੋ ਹਿੱਸੇ ਨੇ ਇੱਕ ਉਸ ਦਾ ਆਊਟਰ ਡਿਸਪਲਨ ਹੈ ਜਿਹਨੂੰ ਅਸੀਂ ਪ੍ਰੋਸੈਸਸਸ ਨੂੰ ਰਿਚੁਅਲਸ ਕਹਿੰਦੇ ਆ ਉਹਨਾਂ ਦੇ ਧਾਰਮਿਕ ਡਿਸਪਲਨ ਕਹਿੰਦੇ ਆ ਜਾਂ ਰਹਿਤ ਕਹਿੰਦੇ ਆ ਇੱਕ ਉਸ ਦਾ ਜਸਟ ਹੈ ਇਸੇ ਲਈ ਜਿਹੜੇ ਸੱਚਮੁੱਚ ਰੱਬ ਦੇ ਇਸ਼ਕ ਦੇ ਵਿੱਚ ਆ ਜਾਂਦੇ ਨੇ ਇਸ਼ਕ ਹਕੀਕੀ ਨੂੰ ਸਮਝਦੇ ਨੇ ਉਹਨਾਂ ਨੂੰ ਤਾਂ ਕਿਸੇ ਡਾਇਰੈਕਟਿਵ ਦੀ ਲੋੜ ਹੀ ਨਹੀਂ ਹੁੰਦੀ ਕਿਉਂਕਿ ਉਹ ਤਾਂ ਫਿਰ ਇਸ਼ਕ ਹੀ ਉਹਨਾਂ ਦੀ ਡਰਾਈਵਿੰਗ ਫੋਰਸ ਹੁੰਦੀ ਹੈ ਇੱਕ ਜਿਹੜੇ ਅੰਦਰੋਂ ਸਖਣੇ ਹੁੰਦੇ ਨੇ ਪਰ ਬਾਹਰ ਬੈ ਕੇ ਵੀ ਕਿਹੜੀ ਚੀਜ਼ ਮर्यादा ਦੇ ਮੁਤਾਬਕ ਹੈ ਨਹੀਂ ਹੈ ਸ਼ਰਅ ਸ਼ਰੀਅਤ ਸ਼ਰਅ ਇਸਲਾਮ ਦਾ ਲਾਅ ਹੈ ਉਸ ਡਿਬੇਟ ਚ ਲੱਗੇ ਹੁੰਦੇ ਨੇ ਕਿ ਕਿਹੜੀ ਚੀਜ਼ ਸ਼ਰਅ ਦੇ ਮੁਤਾਬਕ ਹੈ ਕਿਹੜੀ ਨਹੀਂ ਹੈ ਇਵੇਂ ਸਾਡਾ ਵੀ ਇੱਕ ਵੱਡਾ ਤਬਕਾ ਇਸ ਦੇ ਉੱਤੇ ਬਹਿਸਾਂ ਦੇ ਵਿੱਚ ਜੁੜਿਆ ਹੁੰਦਾ ਹੈ ਲੇਕਿਨ ਇਸ਼ਕ ਹਕੀਕੀ ਉਹਨਾਂ ਦੇ ਅੰਦਰ ਉਹ ਰੱਬ ਦਾ ਹੈ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਵੇਸੀ ਕਿ ਜਨ ਪ੍ਰੇਮ ਕਿਓ ਤਨ ਹੀ ਪ੍ਰਭ ਤਨ ਹੀ ਪ੍ਰਭ ਪਾਇਓ ਉਹ ਇਸ਼ਕਾ ਹਕੀਕੀ ਮਾਇਨਸ ਹੁੰਦਾ ਹੈ ਬਾਕੀ ਦੇ ਉੱਤੇ ਅਸੀਂ ਡਿਬੇਟ ਕਰ ਰਹੇ ਹੁੰਦੇ ਆ ਤੇ ਗੁਰੂ ਸਾਹਿਬ ਨੇ ਯਾਦ ਦਿਹਾਨੇ ਕਰਾਇਆ ਬਿਨ ਬੂਝੇ ਕਿਵੇਂ ਪਾਵੇ ਪਾਰ ਇੱਕ ਸਮਝਣਾ ਇੱਕ ਬੂਝਣਾ ਜਦੋਂ ਉਸ ਰੱਬ ਦੀ ਹਕੀਕਤ ਰੱਬ ਦੇ ਪਿਆਰ ਨੂੰ ਅਸੀਂ ਬੂਝ ਹੀ ਨਹੀਂ ਪਾਵਾਂਗੇ ਤੇ ਪਾਰ ਉਤਾਰਾ ਕਿਵੇਂ ਹੋਏਗਾ ਮਾਇਆ ਨੂੰ ਕਿਵੇਂ ਜਿੱਤਾਂਗੇ ਦੁਨੀਆਦਾਰੀ ਦੇ ਉੱਤੇ ਕਿਵੇਂ ਅਸੀਂ ਆਬੂਰ ਹਾਸਲ ਕਰਾਂਗੇ और इस दे फिर समझाया कि भी तरीका की है वह शरा शरीयत नहीं फसना कर्म कांड नहीं फसना सिदक कर सिजदा मन कर मकसूद जै तिर देखा तै ते धिर मौजूद के भाई अपने अंदर सिदक इस कदर लिया कि नमाज पढ़ के नमाज पढ़ते हैं सृजदे सिर झुकता है उस रब दे पर तेरे अंदर जे सिदक नहीं है ਸਦਕ ਦੇ ਨਾਲ ਤੂੰ ਉਸ ਰੱਬ ਨਾਲ ਨਹੀਂ ਜੁੜਿਆ ਹੋਇਆ ਤੇ ਮਨ ਜਿਹੜਾ ਤੇਰਾ ਖਾਸ ਤੌਰ ਤੇ ਉਹ ਉਸ ਪ੍ਰੇਰ ਦੇ ਵਿੱਚ ਉਸ ਨਮਾਜ਼ ਦੇ ਵਿੱਚ ਨਹੀਂ ਜੁੜਦਾ ਤੇ ਫਿਰ ਤੇਰਾ ਮਨ ਭਟਕਦਾ ਹੈ ਉਹ ਤੇ ਮਨ ਹੀ ਖਾਸ ਹੈ ਜਿਹਨੂੰ ਤੁਸੀਂ ਇੱਕ ਕਾਬੂ ਥੱਲੇ ਰੱਖਣਾ ਤੇ ਜੇ ਸਜਦਾ ਤੇਰਾ ਸਦਕ ਦਾ ਹੋਏ ਮਨ ਤੇਰਾ ਵਸ ਵਿੱਚ ਹੋਏ ਫਿਰ ਜੈ ਤਿਰ ਦੇਖਾਂ ਤੈ ਤਿਰ ਮੌਜੂਦ ਤੇਰ ਹੁੰਦਾ ਪਾਸਾ ਫਿਰ ਤੂੰ ਜਿੱਧਰ ਦੇਖੇਗਾ ਤੈਨੂੰ ਉਹੀ ਰੱਬ ਨਜ਼ਰ ਆਏਗਾ ਜਿਸ ਪਰ ਥਾਏ ਜਦੋਂ ਜਤ ਦੇਖਾਂ ਤਤ ਤੂੰ ਫਿਰ ਤੇਰੀ ਹਾਲਤ ਹੋਏਗੀ ਔਰ ਫਿਰ ਇਸ ਦੇ ਨਾਲ ਜੁੜਿਆ ਜਿਹੜਾ ਉਹ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ ਪਰ ਅੱਜ ਅਸੀਂ ਇਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤਾਂ ਕਿ ਅਸੀਂ ਥੋੜਾ ਟਾਈਮ ਦੀ ਬੰਦਸ਼ ਤੇ ਵਿੱਚ ਵੀ ਰਹੀ ਹੈ ਜੀ ਦਾ ਸਾਡਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇਤਨਾ ਬਲਿੰਗ ਵਿਊਰਸ ਕੋ ਲੈਨੇ ਆ ਇਹ ਸਾਡਾਤ ਵੀਵਰਸ ਆ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਦਾ ਤੁਸੀਂ ਆਪਣੀ ਰਾਏ ਤੇ ਸੁਝਾ ਸਾਨੂੰ ਭੇਜਣਾ ਭੁੱਲਣਾ ਸਾਡੀ ਸਪੱਤੀ ਤੇ ਐਸਓਐਸ @tv44tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਰੇ ਸਾਹਮਣੇ ਆਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਲਾ ਗਿਆ ਦੋ ਦੇਖਦੇ ਰਹੋ ਜੀਵੀਰੀਫੋ ਭੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰੱਖਾ